ਅਸਲਾਮੂ ਅਲੈਕੁਮ ਦੋਸਤੋ ਪਾਕ ਪੰਜਾਬ ਟੀਵੀ ਦੇ ਨਾਲ ਮੈਂ ਤੁਹਾਡਾ ਦੋਸਤ ਅਬਦਲ ਵਾਹਿਦ ਦੋਸਤੋ ਮਾਸ਼ਾਅੱਲਾ ਅੱਜ ਮੈਂ ਤੁਹਾਡੇ ਵਾਸਤੇ ਆਪਣੇ ਅਰਫਲ ਸ਼ਹਿਰ ਦੀ 62 ਏਕੜ ਇਜ਼ਰਾਈ ਜ਼ਮੀਨ ਦੀ ਵੀਡੀਓ ਲੈ ਕੇ ਹਾਜ਼ਰ ਹੋਇਆ ਇਨਸ਼ਾਅੱਲਾ ਉਮੀਦ ਹੈ ਦੋਸਤੋ ਨੂੰ ਇਹ ਬੜੀ ਪਸੰਦ ਆਵੇਗੀ ਦੋਸਤੋ ਇਹ ਪੱਕਾ ਰਸਤਾ ਯਾਨੀ ਕਿ ਲਿੰਕ ਰੋਡ ਆ ਰਿਹਾ ਹੈ ਅਰਫਲ ਸ਼ਹਿਰ ਯਾਨੀ ਕਿ ਅਰਫਲਾ ਸਹੀ ਵਾਲ ਮੇਨ ਰੋਡ ਤੋਂ ਸਿਰਫ 3 ਕਿਲੋਮੀਟਰ ਸਫਰ ਤੋਂ ਕਿ ਆਪਾਂ ਆਰੀਫਲਾ ਸਹੀਵਾਲ ਮੇਨ ਰੋਡ ਤੋਂ ਸਿਰਫ 3 ਕਿਲੋਮੀਟਰ ਸਫਰ ਤੇ ਮੌਜੂਦ ਆ ਇਸ ਟਾਈਮ ਦੋਸਤੋ ਇਸ ਲਿੰਕ ਰੋਡ ਤੇ ਪੱਕੇ ਰਸਤੇ ਤੇ ਆਪਾਂ ਲਈ ਜ਼ਮੀਨ ਦਾ ਬਹੁਤ ਜ਼ਿਆਦਾ ਫਰੰਟ ਹੈਗਾ ਜੀ ਅੱਗੇ ਤੱਕ ਫਰੰਟ ਹੈਗਾ ਲੇਕਿਨ ਆਪਾਂ ਜਾ ਰਹੇ ਆ ਰਕੀਬੇ ਦੇ ਦਰਮਿਆਨ ਚ ਜਿੱਥੇ ਕਿ ਡੇਰਾ ਤੇ ਟਰਪੈਨ ਮੌਜੂਦ ਏ ਤੇ ਡੇਰਾ ਤੇ ਟਰਪੈਨ ਆਪਾਂ ਨੂੰ ਆਪਣੀ ਜ਼ਮੀਨ ਦੇ ਅੰਦਰ ਮਿਲਣਗੇ ਬਿਜਲੀ ਮੌਕੇ ਤੇ ਮੌਜੂਦ ਹੈ ਬਲਕਿ ਬਿਜਲੀ ਵਾਲਾ ਟਰਾਂਸਫਾਰਮ ਮਾਲਕ ਨੇ ਮੌਕੇ ਤੇ ਰੱਖਾਇਆ ਹੋਇਆ ਜੀ ਇਹ ਡੇਰਾ ਆਪਣੀ ਜ਼ਮੀਨ ਦੇ ਅੰਦਰ ਮੌਜੂਦ ਹੈ ਜਿਹੜਾ ਕਿ ਆਪਣੀ ਜ਼ਮੀਨ ਦੇ ਨਾਲ ਆਪਾਂ ਨੂੰ ਮਿਲ ਜਾਣਾ ਹੈ ਜੀ ਤੇ ਟਰਪੈਨ ਜਿਹੜੀ ਕਿ ਆਪਣੀ ਜ਼ਮੀਨ ਦੇ ਅੰਦਰ ਮੌਜੂਦ ਹੈਗੀ ਜੀ ਆ ਵੇਖੋ ਦੋਸਤੋ ਇਹ ਪਰਾਵਾਂ ਦੇ ਸਾਹਮਣੇ ਦੋਸਤੋ ਆਪਣੇ ਇਲਾਕੇ 'ਚ ਨਹਿਰੀ ਪਾਣੀ ਵਾਫਰ ਹੁੰਦਾ ਜੀ ਤੁਸੀਂ ਆਪਣੀ ਇਹ ਵੀ ਗੱਲ ਯਾਦ ਰੱਖਣੀ ਤੇ ਸਰਦੀ ਦੇ ਮੌਸਮ ਵਿੱਚ ਤਰਪੈਨ ਇੱਥੇ 90% ਬੰਦ ਰਹਿੰਦੀ ਜੀ ਤੇ ਗਰਮੀ ਦੇ ਮੌਸਮ ਦੇ ਵਿੱਚ ਫਿਰ ਵੀ ਤਰਪੈਨ ਤਕਰੀਬਨ ਕੋਈ 50% ਚੱਲਦੀ ਜੀ ਕਿਉਂਕਿ ਇੱਥੇ ਨਹਿਰੀ ਪਾਣੀ ਵਾਫਰ ਹੁੰਦਾ ਹੈ ਸਾਲ ਦਾ ਨਹਿਰੀ ਪਾਣੀ ਆਪਾਂ ਨੂੰ ਮਿਲੇਗਾ ਵਾਫਰ ਮਕਦਾਰ 'ਚ ਤੁਸੀਂ ਆਪਣੀ ਇਹ ਗੱਲ ਨੋਟ ਕਰ ਲੈਣੀ ਹੈ ਕਿ ਆਰਫ ਵਾਲਾ ਸ਼ਹਿਰ ਇੰਤਖਾਈ ਕਰੀਬ ਹੈ ਤੇ ਆਰਫ ਵਾਲਾ ਸਹੀਵਾਲ ਮਹਿਨ ਰੋਡ ਤੋਂ ਆਪਾਂ ਖੜੇ ਹਾਂ ਸਿਰਫ ਉਹ 3 ਕਿਲੋਮੀਟਰ ਸਫ਼ਰ ਤੇ ਦਰਮਿਆਨ ਦੇ ਵਿੱਚ ਕੱਚਾ ਰਸਤਾ ਨਹੀਂ ਹੈਗਾ ਮੌਕੇ ਤੱਕ ਮਿਲੇਗਾ ਦੋਸਤਾਂ ਨੂੰ ਲਿੰਕ ਰੋਡ ਯਾਨੀ ਕਿ ਪੱਕਾ ਰਸਤਾ ਰਸਤਾ ਸਰਕਾਰੀ ਤੇ ਉਸ ਲਿੰਕ ਰੋਡ ਦਾ ਆਪਣੀ ਜ਼ਮੀਨ ਨੂੰ ਕਾਫੀ ਸਾਰਾ ਫਰੰਟ ਲੱਗਦਾ ਜੀ ਪੱਕੇ ਰਸਤੇ ਦਾ ਤੇ ਜਿਵੇਂ ਕਿ ਮੇਰੇ ਦੋਸਤਾਂ ਨੂੰ ਪਤਾ ਹੈ ਕਿ ਆਪਣੇ ਇਲਾਕੇ ਦੀ ਜ਼ਮੀਨ ਸਹੂਲਿਆਤ ਦੇ ਹਿਸਾਬ ਨਾਲ ਮਹਿੰਗੀ ਹੁੰਦੀ ਹੈ ਤੇ ਖਾਸ ਤੌਰ ਤੇ ਠੇਕੇ ਦੇ ਹਿਸਾਬ ਨਾਲ ਤੁਸੀਂ ਕਿੱਥੇ ਵੀ ਚਲੋ ਜਾਓਗੇ ਤੋਂ ਨੂੰ ਆਪਣੀ ਜ਼ਮੀਨ ਦੇ ਨਾਲ ਦੀ ਜ਼ਮੀਨ ਮਿਲ ਜਾਏਗੀ ਲੇਕਿਨ ਠੇਕਾ ਨਹੀਂ ਮਿਲਣਾ ਹੈਗਾ ਇਹ ਕਿ ਜਿਹੜੇ ਦੋਸਤ ਜ਼ਮੀਨ ਖਰੀਦ ਕੇ ਦੇਂਦੇ ਨੇ ਠੇਕੇ ਤੇ ਸਾਡੇ ਇਲਾਕੇ ਚ ਉਹਨੂੰ ਬਹੁਤ ਜ਼ਿਆਦਾ ਫਾਇਦਾ ਹੈਗਾ ਜੀ ਕਿ ਦੋਸਤੋ ਮਤਲਬ ਕਿ ਆਪਣੀ ਜ਼ਮੀਨ ਦੀ ਕੀਮਤ ਉਹ ਹੀ ਹੈ ਜਿਵੇਂ ਕਿ ਟੋਬਰ ਟੈਗਸੰਗ ਆਫਸਾਬਾਦ ਜਾਂ ਫਿਰ ਲਾਹੌਰ ਦੇ ਆਸ-ਪਾਸ ਕੀਮਤ ਚੱਲਦੀ ਪਈ ਹੈ ਲੇਕਿਨ ਆਪਣੀ ਜ਼ਮੀਨ ਦੇ ਠੇਕੇ ਜ਼ਿਆਦਾ ਨਹੀਂ ਕਿ ਸਾਡੀ ਜ਼ਮੀਨ ਦੇ ਠੇਕੇ ਮਾਸ਼ਾਅੱਲਾ ਜ਼ਿਆਦਾ ਹੁੰਦੇ ਨਹੀਂ ਤੁਸੀਂ ਮੌਕੇ ਤੇ ਆਉਂਗੇ ਤੁਹਾਨੂੰ ਇਹ ਜ਼ਮੀਨ ਦਾ ਠੇਕਾ ਮਿਲੇਗਾ ਕਮਜ਼ ਕਮ 1.5 ਲੱਖ ਰੁਪਿਆ ਜਿਹੜੀ ਆਪਾਂ ਦੋਸਤਾਂ ਨੂੰ 65 ਏਕੜ ਯਾਨੀ ਕਿ 2.5 ਮਰਬੇ ਜ਼ਮੀਨ ਦੁਖਾਂਦੇ ਪਿਆ ਹੈ ਨਾ ਤੁਹਾਨੂੰ ਇਹਦਾ ਠੇਕਾ ਮਿਲੇਗਾ ਕਮਜ਼ ਕਮ 1.5 ਲੱਖ ਰੁਪਿਆ ਦੋਸਤੋ ਠੇਕੇ ਦੀ ਆਪਣੀ ਗਾਰੰਟੀ ਹੁੰਦੀ ਏ ਸਾਡੇ ਇਲਾਕੇ ਠੇਕੇ 1 ਲੱਖ ਰੁਪਏ ਵਾਲੇ ਵੀ ਹੈ ਨੇ 1.5 ਲੱਖ ਵੀ ਹੈ ਨੇ ਪਉਣ 2 ਲੱਖ ਤੇ ਲਾਸਟ 2 ਲੱਖ ਵੀ ਹੈ ਨ ਠੇਕੇ ਆਪਣੇ ਇਲਾਕੇ 'ਚ ਅਰਫਲ ਸ਼ਹਿਰ ਦੇ ਆਸ-ਪਾਸ ਮਤਲਬ ਕਿ ਆਪਣੇ ਇਲਾਕੇ ਦੀ ਜਿਹੜੀ ਜ਼ਮੀਨ ਨਾਰਮਲ ਉਹਦਾ ਠੇਕਾ ਵੀ ਚੱਲਦਾ ਪਿਆ 1 ਲੱਖ ਰੁਪਇਆ ਤੇ 1.5 ਲੱਖ ਪੂਨੇ 2 ਲੱਖ 2 ਲੱਖ ਤੱਕ ਸਾਡੇ ਇਲਾਕੇ 'ਚ ਠੇਕੇ ਚੱਲਦੇ ਪਏ ਜੇ ਮੁਕੰਮਲ ਗਾਰੰਟੀ ਨਾਲ ਤੇ ਦੋਸਤੋ ਇਹ 68 ਏਕੜ ਜ਼ਮੀਨ ਇੱਕ ਮਾਲਕ ਦੇ ਨਾਮ ਤੇ ਜ਼ਮੀਨ ਹੈਗੀ ਜੀ ਇੱਕ ਬੰਦੇ ਨੇ ਬਿਆਨ ਦੇਣੇ ਨੇ ਰਜਿਸਟਰੀ ਇੰਤਕਾਲशुदा ਕੰਪਿਊਟਰਾਈਜ਼ रिकॉर्डशुदा ए जमीन दी डिमांड कीती है मालिक ने फी एकड़ ਦੇ حساب ਨਾਲ 32 ਲੱਖ ਰੁਪਇਆ 30 ਤੇ 2 32 ਲੱਖ ਰੁਪਇਆ 인 ਦੀ डिमांड है फी एकड़ ਦੇ حساب ਨਾਲ ਤੇ ठेका ਹਿਤ ਚੱਲਦਾ ਪਿਆ 1.5 ਲੱਖ ਰੁਪਇਆ फी एकड़ ਦੇ حساب ਨਾਲ ਸਾਲ ਦਾ ਆਪਾਂ ਗੱਲ ਕੀਤੀ ਜਾਂਦੇ ਆ ਕਮ ਅਜ਼ਕਮ ਠੇਕੇ ਦੀ ਕਿਉਂਕਿ 1.5 ਲੱਖ ਵਿੱਚ ਜ਼ਮੀਨ ਤੇ ਠੇਕੇ ਤੇ ਚੜ ਚੁੱਕੀ ਤੋ ਦੋਸਤੋ ਪਾਇਤੋਫੇਰ ਸਾਹਿਬ ਦੀ ਜਰਰੀ ਆਪਾਂ ਜਮੀਨ ਦੀ ਵੀਡੀਓ ਬਣਾਈਏ ਸਾਹਮਣੇ ਦੋਸਤਾਂ ਨੂੰ ਸਕਰੀਨ ਤੇ ਪਾਇਤੋਫੇਰ ਸਾਹਿਬ ਦਾ ਵੀ ਕਾਲ ਐਂਡ ਵਟਸਐਪ ਨੰਬਰ ਮਿਲ ਜਾਏਗਾ ਤੇ نیچے ਦੋਸਤਾਂ ਨੂੰ ਮੇਰਾ ਵੀ ਕਾਲ ਐਂਡ ਵਟਸਐਪ ਨੰਬਰ ਮਿਲ ਜਾਏਗਾ। ਇਹ نیچے ਵਾਲੇ ਯਾਨੀ ਕਿ ਮੇਰੇ ਨੰਬਰ ਤੇ ਕਾਲ ਤੇ ਰਾਬਤਾ ਨਾ ਹੋ ਸਕੇ ਆਪਣੀ ਵਟਸਐਪ ਹੁੰਦੀ ਹੈ 24 ਘੰਟੇ ਔਨ। ਤੁਸੀਂ ਕਿਸੇ ਵੀ ਟਾਈਮ ਵੌਇਸ ਮੈਸੇਜ ਕਰੋਗੇ ਤੁਹਾਨੂੰ ਫੌਰਨ ਇਨ ਦੀ ਰਪਲਾਈ ਮਿਲੇਗੀ। ਇਹ ਨੰਬਰ ਉੱਪਰ ਵਾਲਾ ਪਾਇਤੋਫੇਰ ਸਾਹਿਬ ਦਾ ਜਿਨ੍ਹਾਂ ਨੇ ਮੌਕੇ ਤੇ ਜਾ ਕੇ ਮਾਲਕ ਦੇ ਨਾਲ ਗੱਲਬਾਤ ਕੀਤੀ ਤੇ ਇਹ ਜ਼ਮੀਨ ਦੀ ਵੀਡੀਓ ਬਣਾਈ ਹੈ ਤੇ ਦੋਸਤੋ ਵੀਡੀਓ ਅੱਛੀ ਲੱਗੇ ਤੇ ਲਾਈਕ ਤੇ ਸ਼ੇਅਰ ਇਹ ਜ਼ਰੂਰ ਕਰੋ ਤੇ ਆਪਣੇ ਬਿਹਤਰੀਨ ਜਕਮੈਂਟਸ ਲੈ ਕੇ ਭੇਜੋ ਇਨਸ਼ਾਅੱਲਾ ਤਾਲਾ ਬਾਸ਼ਰਤ ਜ਼ਿੰਦਗੀ ਬਾ ਫਜ਼ਲ ਖੁਦਾ ਮਿਲਾਂਗੇ ਅਗਲੀ ਵੀਡੀਓ ਤੇ ਅੱਲਾ ਹਾਫਿਜ਼